ਵਾਹਿਗੁਰੂ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਡੰਡਾਉਤ ਬੰਦਨ ਅਨਕਬਾਰ, ਸਰਬ ਕਲਾ ਸਮਰਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਾਰਣ ਸਕ ਹੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਵਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ, ਕਹਾ ਲਾਗੇ ਕੀਟ ਬਖਾਨੈ, ਮਹਿਮਾ ਤੋਰ ਤੁਹੀ ਪ੍ਰਭ ਜਾਣੈ। ਪਿਤਾ ਜਨਮ ਜਿਮ ਪੂਤ ਨ ਪਾਵੈ, ਕਹਾ ਤਵਨ ਕਾ ਭੇਦ ਬਤਾਵੈ। ਬੇਸੁਮਾਰ ਅਥਾਹ ਅਗਨਤ ਤੁਲੈ, ਜਿਉ ਬੁਲਾਵ ਹੋ ਤਿਉ ਨਾਨਕ ਦਾਸ ਬੁਲੈ। ਜਿਉ ਬੁਲਾਵ ਹੋ ਤਿਉ ਨਾਨਕ ਦਾਸ ਬੁਲੈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਚਿੱਤ ਚਿੱਤ ਵੋ ਚਰਨਾਰਬਿੰਦ, ਊਦ ਕਵਲ ਬਿਗ ਸੰਤ, ਪ੍ਰਗਟ ਭਏ ਆਪ ਹੈ ਗੋਬਿੰਦ, ਨਾਨਕ ਸੰਤ ਮਤਾਂਤ। ਚਿਤ ਚਿਤ ਵੋ ਚਰਨਾਰ ਬਿੰਦ, ਊਦ ਕਵਲ ਬਿਗ ਸੰਤ, ਪ੍ਰਗਟ ਭਏ ਆਪ ਹੈ ਗੋਬਿੰਦ, ਨਾਨਕ ਸੰਤ ਮਤਾਂਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸਿੱਖ ਸੰਗਤਾਂ ਸਮੂਹ ਮਾਈ ਭਾਈ ਕਣਤਾ ਦੇ ਯੋਗ, ਅੰਮ੍ਰਿਤ ਵੇਲੇ ਦੇ ਸਾਜ ਰਹੇ ਦੀਵਾਨਾਂ ਅੰਦਰ ਹਾਜ਼ਰੀ ਨੋ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣ ਰਹੇ ਹੋ। ਸਤਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ ਰਾਮਤ ਕੀਤੀ ਹੈ, ਜੋ ਸਾਡੇ ਕਲਯੁਗੀ ਜੀਵਾਂ ਨੂੰ ਮਹਾਰਾਜ ਜੀ ਨੇ ਅੰਮ੍ਰਿਤਮਈ ਗੁਰਬਾਣੀ ਦੀ ਸੰਗਤ ਕਰਨ ਦਾ ਸੁਭਾਗਾ ਸਮਾਂ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕੀਤਾ ਹੈ, ਕਿਰਪਾ ਦ੍ਰਿਸ਼ਟੀ ਮਹਾਰਾਜ ਨੇ ਕੀਤੀ ਹੈ, ਆਪਣੇ ਦਰਸ਼ਨ ਇਦਾਰ ਕਰਨ ਦਾ ਮਹਾਰਾਜ ਜੀ ਸਮਾਂ ਬਖਸ਼ਿਆ।
ਆਓ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਕਰਕੇ ਗੁਰਬਾਣੀ ਦੀ ਚੱਲ ਰਹੀ ਲੜੀ ਵਾਰ ਕਥਾ ਵਿਚਾਰ ਪਿਆਰ ਸ਼ਰਧਾ ਅਦਬ ਸਤਿਕਾਰ ਨਾਲ ਸ਼੍ਰਵਣ ਕਰਨਾ ਕਰੀਏ। ਮਨ ਚਿਤ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਚਿਤ ਜਿਤ ਵੋ ਚਰਨਾਰ ਬਿੰਦ ਊਦ ਕਵਲ ਬਿਗ ਸੰਤ। ਗਰੀਬ ਨਵਾਜ ਪਾਤਸ਼ਾਹ ਬਾਵਨ ਅੱਖਰੀ ਦੇ 22ਵੇਂ ਸਲੋਕ ਦੇ ਵਿੱਚ ਕਿਰਪਾ ਰਹਿਮਤ ਦ੍ਰਿਸ਼ਟੀ ਕਰ ਰਹੇ ਨੇ। ਜਿਵੇਂ ਮਹਾਰਾਜ ਜੀ ਨੇ 21ਵੇਂ ਸਲੋਕ ਦੀਆਂ ਅਖੀਰਲੀਆਂ ਤੁਕਾਂ ਦੇ ਵਿੱਚ ਕਿਰਪਾ ਰਹਿਮਤ ਕੀਤੀ ਸੀ, ਸੋ ਜੀਵਤ ਜਿਹੇ ਜੀਵਤ ਜਪਿਆ। ਮਹਾਰਾਜ ਕਹਿੰਦੇ ਭਾਈ ਅਸਲ ਵਿੱਚ ਜਿਉਂਦਾ ਉਹ ਹੈ ਜਿਹਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ, ਸੋ ਜੀਵਤ ਕਹਿੰਦੇ ਉਹਨੂੰ ਹੀ ਜਿਉਂਦਾ ਕਿਹਾ ਜਾਂਦਾ। ਜਿਹੇ ਜੀਵਤ ਜਪਿਆ ਜਿਹਨੇ ਜਿਉਂਦੇ ਜੀ ਜਪਿਆ। ਮਹਾਰਾਜ ਕਹਿੰਦੇ ਜਿਹਨੇ ਜਿਉਂਦੇ ਜੀ ਜਪਿਆ ਨਾ ਪ੍ਰਗਟ ਭਏ ਨਾਨਕ ਨਹਿ ਛਪਿਆ। ਕਹਿੰਦੇ ਉਹ ਸੰਸਾਰ ਦੇ ਵਿੱਚ ਪ੍ਰਗਟ ਹੋ ਗਏ, ਉਹਨਾਂ ਨੇ ਪਰਮੇਸ਼ਰ ਨੂੰ ਪ੍ਰਗਟ ਕਰ ਲਿਆ। ਜਿਨ੍ਹਾਂ ਨੇ ਜਪਿਆ ਨਹਿ ਛਪਿਆ ਉਹਨਾਂ ਤੋਂ ਪਰਮੇਸ਼ਰ ਲੁਕਿਆ ਨਹੀਂ। ਗਰੀਬ ਨਵਾਜ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰਕੇ ਕਹਿਣ ਲੱਗੇ ਚਿਤ ਚਿਤ ਵੋ ਚਰਨਾਰ ਬਿੰਦ। ਕਹਿੰਦੇ ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਰ ਬਿੰਦ ਚਰਨ ਕਮਲਾਂ ਨੂੰ ਚਿਤ ਦੇ ਵਿੱਚ ਚਿਤ ਬਨਾ ਕਰ, ਇਹ ਕਹਿ ਲਓ ਚਿਤ ਦੇ ਵਿੱਚ ਵਸਾਉਣਾ ਕਰ ਤਾਂ ਵਸਾਉਣਾ। ਊਦ ਕਵਲ ਬਿਗਸਾਂਤ, ਵੀ ਜਿਹੜਾ ਤੇਰਾ ਹਿਰਦਾ ਕਮਲ ਦੇ ਫੁੱਲ ਵਾਂਗੂ ਮੁੱਧਾ ਹੋਇਆ ਪਿਆ ਨਾ, ਊਦ ਕਵਲ ਕਹਿੰਦੇ ਮੁੱਧੇ ਮੂੰਹ ਜਿਹੜਾ ਤੇਰਾ ਕਮਲ ਹੋਇਆ ਪਿਆ ਹਿਰਦੇ ਰੂਪੀ ਕਮਲ, ਤਾਂ ਕਿ ਇਹ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦੀ ਛੋਹ ਦੇ ਨਾਲ ਸਿੱਧਾ ਹੋ ਜਾਵੇ, ਬਿਗਸਾਂਤ ਕਹਿੰਦੇ ਖਿੜ ਜਾਵੇ। ਜਿਵੇਂ ਕਮਲ ਦਾ ਫੁੱਲ ਖਿੜਿਆ ਹੀ ਸੋਹਣਾ ਲੱਗਦਾ, ਜੇ ਉਹ ਮੁੱਧਾ ਹੋਇਆ ਪਿਆ ਹੋਵੇ ਉਹ ਸੋਭਾ ਨਹੀਂ ਪਾਉਂਦਾ। ਉਸੇ ਪ੍ਰਕਾਰ ਮਹਾਰਾਜ ਕਹਿੰਦੇ ਤੇਰਾ ਹਿਰਦਾ ਜਿਹੜਾ ਹੈ ਇਹ ਖਿੜਿਆ ਹੀ ਸੋਹਣਾ ਲੱਗਦਾ। ਜੇ ਹਿਰਦਾ ਖਿੜਿਆ ਹੋਵੇ ਤੇ ਚਿਹਰੇ ਤੇ ਵੀ ਨੂਰ ਹੁੰਦਾ, ਤੇ ਜੇ ਹਿਰਦੇ ਬੁੱਝਿਆ ਹੋਵੇ, ਹਿਰਦੇ 'ਚ ਸ਼ਾਂਤੀ ਨਾ ਹੋਵੇ, ਭਟਕਣਾ ਹੋਵੇ, ਫਿਰ ਚਿਹਰੇ ਦਾ ਨੂਰ ਵੀ ਉੱਡ ਜਾਂਦਾ। ਮਹਾਰਾਜ ਕਹਿੰਦੇ ਊਦ ਕਵਲ ਬਿਗ ਸ਼ਾਂਤ, ਤਾਂ ਕਿ ਜਿਹੜਾ ਤੇਰਾ ਹਿਰਦੇ ਰੂਪੀ ਕਮਲ ਮੁੱਧਾ ਹੋਇਆ ਨਾ ਇਹ ਸਿੱਧਾ ਹੋ ਜਾਵੇ। ਇਸ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਨੂੰ ਚਿਤਵਨਾ ਕਰ। ਪ੍ਰਗਟ ਭਏ ਆਪਹਿ ਗੋਬਿੰਦ ਨਾਨਕ ਸੰਤ ਮਤਾਂਤ। ਸੰਤ ਮਤਾਂਤ ਕਹਿੰਦੇ ਸੰਤ ਜਨਾਂ ਦਾ ਸਿਧਾਂਤ, ਇਹ ਗੱਲ ਕਹਿੰਦਾ ਹੈ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਹੈ, ਹਿਰਦੇ 'ਚ ਧਾਰਨ ਕੀਤਾ ਹੈ। ਪ੍ਰਗਟ ਭਏ ਆਪਹਿ ਗੋਬਿੰਦ, ਉਹਨਾਂ ਦੇ ਲਈ ਪਰਮੇਸ਼ਰ ਵਾਹਿਗੁਰੂ ਧਰਤੀ ਦਾ ਰੱਖਿਆ ਕਿ ਜਿਹੜਾ ਵੇਦਾਂ ਕਰਕੇ ਜਾਣਨੇ ਯੋਗ ਹੈ, ਧਰਤੀ ਨੂੰ ਪਾਲਣ ਵਾਲਾ ਹੈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਪ੍ਰਗਟ ਭਏ ਆਪ ਹੈ ਗੋਬਿੰਦ, ਉਹ ਆਪ ਹੀ ਪ੍ਰਗਟ ਹੋ ਜਾਂਦਾ ਹੈ।
ਜਿਹੜੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਆਪਣੇ ਹਿਰਦੇ 'ਚ ਵਸਾ ਲੈਂਦੇ ਨੇ, ਜਿਹੜੇ ਉਹਦੇ ਨਾਮ ਨੂੰ ਸਵਾਸ ਸਵਾਸ ਜਪਦੇ ਰਹਿੰਦੇ ਨੇ, ਗਰੀਬ ਨਵਾਜ ਪਾਤਸ਼ਾਹ ਕਹਿੰਦੇ ਉਹਨਾਂ ਦੇ ਲਈ ਤਾਂ ਪਰਮੇਸ਼ਰ ਆਪ ਹੀ ਪ੍ਰਗਟ ਹੋ ਕੇ ਆ ਜਾਂਦਾ। ਨਾਨਕ ਸੰਤ ਮਤਾਂਤ ਸੰਤ ਜਨ ਦਾ ਸਿਧਾਂਤ ਤਾਂ ਇਹ ਗੱਲ ਕਹਿੰਦਾ ਹੈ। ਚੱਚਾ ਚਰਨ ਕਮਲ ਗੁਰ ਲਾਗਾ। ਮਹਾਰਾਜ ਜੀ ਹੁਣ ਚੱਚੇ ਅੱਖਰ ਦੁਆਰਾ ਕਿਰਪਾ ਦ੍ਰਿਸ਼ਟੀ ਰਹਿਮਤ ਕਰਕੇ ਬਖਸ਼ਿਸ਼ ਕਰ ਰਹੇ ਨੇ। ਦੇਖੋ ਮਹਾਰਾਜ ਜੀ ਨੇ ਜਿਹੜਾ ਉਹ ਕਿੰਨੇ ਅੱਖਰਾਂ ਦੁਆਰਾ ਉਪਦੇਸ਼ ਦੇ ਦਿੱਤਾ, ਜਿਵੇਂ ਕੱਲ੍ਹ ਦੇ ਜ਼ਬਾਨਾਂ 'ਚ ਮਹਾਰਾਜ ਜੀ ਨੇ ਇੱਕ ਅੱਖਰ ਵਰਤਿਆ ਸੀ, ਮੰਗ ਰਾਸਾ ਕਾਲ ਤੇ ਜੋ ਸਾਖਤ ਪ੍ਰਭ ਕੀਨ। ਮਹਾਰਾਜ ਕਹਿੰਦੇ ਕਾਲ ਉਹਨੂੰ ਵੀ ਨਿਕਲ ਗਿਆ, ਕਾਲ ਹਮੇਸ਼ਾ ਉਹਦੇ ਮਗਰ ਹੀ ਰਹਿੰਦਾ ਜਿਹੜਾ ਸਾਖਤ ਮਨੁੱਖ ਹੋਵੇ। ਉਹ ਜੰਮਣ ਮਰਨ ਦੇ ਗੇੜ ਦੇ ਵਿੱਚ ਹੀ ਰਹਿੰਦਾ ਜਿਹਨਾਂ ਨੂੰ ਪਰਮੇਸ਼ਰ ਨੇ ਸਾਖਤ ਪੁਣਾ ਦਿੱਤਾ, ਜਿਹਨਾਂ ਦੇ ਅੰਦਰ ਸਾਖਤ ਪੁਣਾ ਹੈ, ਜਿਹੜੇ ਮਨਮੁੱਖ ਨੇ, ਗੁਰੂ ਤੋਂ ਉਲਟ ਚੱਲਦੇ ਨੇ। ਮਹਾਰਾਜ ਜੀ ਨੇ ਉਹ ਅੱਖਰ ਵੀ ਵਰਤੇ ਆ ਜਿਹਨੂੰ ਸੰਸਾਰ ਦੇ ਵਿੱਚ ਕੋਈ ਵਰਤਦਾ ਨਹੀਂ। ਗਰੀਬ ਨਵਾਜ ਪਾਤਸ਼ਾਹ ਦੀ ਕਾਵਿ ਸ਼ੈਲੀ, ਮਹਾਰਾਜ ਜੀ ਦੀ ਜਿਹੜੀ ਸ਼ਾਇਰੀ ਹੈ ਨਾ, ਉਹ ਬਾ ਕਮਾਲ ਹੈ। ਗੁਰਬਾਣੀ ਆਪਣੇ ਆਪ ਦੇ ਵਿੱਚ ਸ਼ਾਇਰੀ ਵੀ ਹੈ, ਕਵਿਤਾ ਵੀ ਹੈ, ਆਪਣੇ ਆਪ ਦੇ ਵਿੱਚ ਗੁਰਬਾਣੀ ਮੰਤਰ ਵੀ ਹੈ, ਜੀਵਨ ਜਾਂਚ ਵੀ ਹੈ। ਭਾਵ ਕਿ ਹਰ ਪੱਖ ਤੋਂ ਤੁਸੀਂ ਜੇ ਕਾਵਿ ਸ਼ੈਲੀ ਤੋਂ ਦੇਖੋਗੇ, ਗੁਰਬਾਣੀ ਕਾਵਿ ਸ਼ੈਲੀ ਤੋਂ ਵੀ ਪੂਰਨ ਤੌਰ ਦੇ ਉੱਤੇ ਜਿਹੜੀ ਦਰੁਸਤ ਹੈ, ਕਿਸੇ ਪ੍ਰਕਾਰ ਦੀ ਕਮੀ ਨਹੀਂ। ਸੁਰੋ ਵਿਚਾਰ ਮਹਾਰਾਜ ਜੀ ਕਹਿਣ ਲੱਗੇ, ਚੱਚਾ ਚਰਨ ਕਮਲ ਗੁਰ ਲਾਗਾ। ਚੱਚੇ ਅੱਖਰ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਮਹਾਰਾਜ ਕਹਿਣ ਲੱਗੇ, ਭਾਈ ਜਿਹਦਾ ਜਿਹਦਾ ਮਨ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ, ਜਿਹਦਾ ਮਨ ਗੁਰੂ ਦੇ ਚਰਨ ਕਮਲਾਂ ਦੇ ਨਾਲ ਜੁੜਿਆ ਹੋਇਆ ਹੈ। ਧੰਨ ਧੰਨ ਵਾ ਦਿਨ ਸੰਜੋਗ ਸੁਭਾਗਾ। ਮਹਾਰਾਜ ਕਹਿੰਦੇ ਉਹ ਦਿਨ ਧੰਨ ਹੈ ਜਿਸ ਦਿਨ ਕਿਸੇ ਗੁਰਸਿੱਖ ਦਾ ਮਨ ਜਿਹੜਾ ਗੁਰੂ ਦੇ ਚਰਨ ਕਮਲਾਂ ਨਾਲ ਜੁੜ ਗਿਆ, ਉਹ ਦਿਨ ਧੰਨ ਹੈ। ਧੰਨ ਧੰਨ ਉਹ ਦਿਨ, ਉਹ ਦਿਨ ਧੰਨ ਹੈ। ਮਹਾਰਾਜ ਕਹਿੰਦੇ ਸੰਜੋਗ ਸੁਭਾਗਾ, ਕਹਿੰਦੇ ਉਹ ਵੱਡੇ ਭਾਗਾਂ ਵਾਲਿਆ ਗਿਣਿਆ ਜਾਂਦਾ ਹੈ, ਜਿਹਦਾ ਚਿੱਤ ਜਿਹਦਾ ਮਨ ਗੁਰੂ ਦੇ ਚਰਨ ਕਮਲਾਂ ਦੇ ਨਾਲ ਜੁੜ ਜਾਵੇ। ਮਹਾਰਾਜ ਕਹਿੰਦੇ ਚਾਰ ਕੁੰਟ, ਚਾਰ ਦਿਸ਼ਾਵਾਂ, ਦਹ ਦਿਸ ਬ੍ਰਹਮ ਆਯੋ। ਮਹਾਰਾਜ ਕਹਿੰਦੇ ਦਸੇ ਦਿਸ਼ਾਵਾਂ ਦੇ ਵਿੱਚ ਚਾਰ ਕੁੰਟ, ਕਹਿੰਦੇ ਜਿਹੜੇ ਚਾਰ ਪਰਬਤ ਦੀਆਂ ਦਿਸ਼ਾਵਾਂ ਨੇ, ਇਹਨਾਂ ਦੇ ਵੱਲ ਵੀ ਜੀਵ ਭਰਮ ਕੇ ਆ ਗਿਆ। ਦਹ ਦਿਸ ਬ੍ਰਹਮ ਆਯੋ, ਔਰ ਕਹਿੰਦੇ ਦਸ ਦਿਸ਼ਾਵਾਂ ਵੀ ਜਿਹੜੀਆਂ ਨੇ ਉਹ ਭਰਮਣ ਕਰ ਲਈਆਂ ਹਨ। ਭਾਈ ਕਿਰਪਾ ਤਬ ਦਰਸ਼ਨ ਪਾਇਓ। ਮਹਾਰਾਜ ਕਹਿੰਦੇ ਦੇਖੋ ਭਾਈ ਕਿਰਪਾ ਤਬ ਦਰਸ਼ਨ ਪਾਇਓ, ਜੀਵ ਇੰਨੇ ਸਮੇਂ ਤੋਂ ਭਟਕਦਾ ਆਇਆ, ਦਸੇ ਦਿਸ਼ਾਵਾਂ ਦੇ ਵਿੱਚ ਭਟਕ ਲਿਆ, ਕਦੇ ਕਿਹੜੀ ਜੂਨ ਭੋਗ ਲਈ, ਕਦੇ ਕਿਹੜੀ ਜੂਨ ਭੋਗ ਲਈ। ਮਹਾਰਾਜ ਕਹਿੰਦੇ ਹੁਣ ਮਨੁੱਖਾ ਸਰੀਰ ਪ੍ਰਾਪਤ ਹੋਇਆ, ਇਹਦੇ ਵਿੱਚ ਵੀ ਇਹ ਹੈ ਭਾਈ ਕਿਰਪਾ, ਜੇ ਪਰਮੇਸ਼ਰ ਦੀ ਕਿਰਪਾ ਹੋਵੇ ਨਾ, ਜੇ ਗੁਰੂ ਦੀ ਕਿਰਪਾ ਹੋਵੇ ਤਬ ਦਰਸ਼ਨ ਪਾਇਓ। ਮਹਾਰਾਜ ਕਹਿੰਦੇ ਤਾਂ ਦਰਸ਼ਨ ਕਰਨ ਦਾ ਸਮਾਂ ਪ੍ਰਾਪਤ ਹੁੰਦਾ ਹੈ, ਨਹੀਂ ਕਹਿੰਦੇ ਭਾਵੇਂ ਗੁਰੂ ਦੇ ਨਾਲ ਕੰਧ ਸਾਂਝੀ ਕਿਉਂ ਨਾ ਹੋਵੇ, ਜੀਵ ਉੱਠ ਕੇ ਗੁਰੂ ਘਰ ਨਹੀਂ ਜਾ ਸਕਦਾ।
ਭਈ ਕਿਰਪਾ, ਜੇ ਕਿਰਪਾ ਹੋਵੇ ਤਬ ਦਰਸ਼ਨ ਪਾਇਓ। ਮਹਾਰਾਜ ਕਹਿੰਦੇ ਤਾਂ ਦਰਸ਼ਨ ਪ੍ਰਾਪਤ ਹੁੰਦਾ, ਇਹ ਨਹੀਂ ਵੀ ਇੱਕ ਦਿਨ ਆ ਗਏ, ਦਸ ਦਿਨ ਆਏ ਨਹੀਂ, ਚੱਲ ਕੋਈ ਗੱਲ ਨਹੀਂ, ਫਿਰ ਕੀ ਆ, ਜਦੋਂ ਮਰਜ਼ੀ ਜਾ ਆਈ। ਨਹੀਂ, ਇੱਕ ਪ੍ਰੇਮ ਦੀ ਖਿੱਚ ਹੋਵੇ ਨਾ। ਇੱਕ ਬੱਚਾ ਸਕੂਲ ਪੜ੍ਹਨ ਜਾਂਦਾ, ਉਹਦਾ ਸਕੂਲ ਪੜ੍ਹਨ ਜਾਣ ਦਾ ਟਾਈਮ ਹੈ, ਸਮਾਂ ਹੈ, ਭਾਵੇਂ ਟੀਚਰ ਜਿਹੜਾ ਪੜ੍ਹਾਈ ਤੋਂ ਕਦੇ ਜਵਾਬ ਨਹੀਂ ਦਿੰਦਾ, ਜਦੋਂ ਮਰਜ਼ੀ ਬੱਚਾ ਪੜ੍ਹ ਲਵੇ, ਪਰ ਫਿਰ ਵੀ ਇੱਕ ਜਿਹੜਾ ਰੂਲ ਰੈਗੂਲੇਸ਼ਨ ਜਿਹੜੀ ਹੁੰਦੀ ਹੈ, ਇੱਕ ਜਿਹੜੀ ਮਾਣ ਮਰਿਆਦਾ ਹੁੰਦੀ ਹੈ, ਉਹਦੇ ਵਿੱਚ ਤਾਂ ਰਹਿਣਾ ਪੈਂਦਾ ਨਾ। ਮਹਾਰਾਜ ਕਹਿੰਦੇ ਭਈ ਕਿਰਪਾ ਤਬ ਦਰਸ਼ਨ ਪਾਇਓ, ਜਦੋਂ ਪਰਮੇਸ਼ਰ ਦੀ ਕਿਰਪਾ ਹੋ ਗਈ ਨਾ, ਤਾਂ ਹੀ ਉਹਦੇ ਦਰਸ਼ਨ ਕਰਨ ਦਾ ਸਮਾਂ ਪ੍ਰਾਪਤ ਹੁੰਦਾ ਹੈ। ਚਾਰ ਵਿਚਾਰ ਬਿਨ ਸਿਓ ਸਭ ਦੂਆ। ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਕਹਿੰਦੇ ਸ੍ਰੇਸ਼ਠ ਜਿਹੜੇ ਧਾਰਮਿਕ ਗ੍ਰੰਥ ਹਨ, ਚਾਰ ਭਾਵ ਕੇ ਵੇਦ ਕਹਿ ਲਓ, ਇਹਨਾਂ ਨੂੰ ਵਿਚਾਰਿਆ, ਜਦੋਂ ਵਿਚਾਰ ਕਰਕੇ ਚੰਗੀ ਤਰ੍ਹਾਂ ਘੋਖਿਆ ਪੜਤਾਲਿਆ, ਤੇ ਕਹਿੰਦੇ ਫਿਰ ਸਮਝ ਆਈ ਚਾਰ ਵਿਚਾਰ, ਚੰਗੀ ਤਰ੍ਹਾਂ ਵਿਚਾਰ ਕਰਕੇ ਇਹ ਸਮਝ ਆ ਗਈ ਬਿਨਸਿਓ ਸਭ ਦੂਆ। ਵਿਚਾਰਨ ਕਰਕੇ ਕਹਿੰਦੇ ਦ੍ਵੈਤ ਭਾਵਨਾ ਜਿਹੜੀ ਹੈ ਉਹ ਮਿਟ ਗਈ ਹੈ। ਸਾਧ ਸੰਗ ਮਨ ਨਿਰਮਲ ਹੁਆ। ਗਰੀਬ ਨਵਾਜ਼ ਪਾਤਸ਼ਾਹ ਕਹਿਣ ਲੱਗੇ ਸਾਧ ਸੰਗ ਮਨ ਨਿਰਮਲ ਹੁਆ। ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜੇ ਜਪ ਕਰਨ ਵਾਲੇ ਗੁਰਸਿੱਖ ਜਨ ਹਨ ਨਾ, ਜਿਹੜੇ ਅਭਿਆਸੀ ਨੇ, ਸ਼ਬਦ ਦੀ ਕਮਾਈ ਕਰਨ ਵਾਲੇ ਨੇ, ਜਿਹੜੇ ਵਾਹਿਗੁਰੂ ਵਾਹਿਗੁਰੂ ਜਪਣ ਵਾਲੇ ਗੁਰਸਿੱਖ ਜਨ ਹਨ, ਮਹਾਰਾਜ ਕਹਿਣ ਲੱਗੇ ਉਹਨਾਂ ਦੇ ਸੰਗ ਦੇ ਜਾ ਕਰਕੇ ਮਨ ਨਿਰਮਲ ਹੋਇਆ, ਮਨ ਪਵਿੱਤਰ ਹੋ ਗਿਆ। ਕਿਉਂ? ਜੇ ਜਪ ਕਰਨ ਵਾਲੇ ਦੇ ਸੰਗ ਦੇ ਵਿੱਚ ਰਹੀਏ, ਉਹਦੇ ਕੋਲੇ ਜਪ ਦੀ ਗੱਲ ਹੀ ਹੋਏਗੀ। ਜਦੋਂ ਕਹੇਗਾ ਜਪ ਤੋਂ ਹੀ ਗੱਲ ਉਹਦੀ ਸ਼ੁਰੂ ਹੋਣੀ ਹੈ, ਜਪ ਤੇ ਮੁੱਕ ਜਾਣੀ ਹੈ, ਉਹਨੇ ਜਪ ਦੇ ਬਾਰੇ ਹੀ ਗੱਲ ਕਰਨੀ ਹੈ। ਤੇ ਜੇ ਹੁਣ ਸੰਸਾਰਕ ਬਿਰਤੀ ਦੀ ਗੱਲ ਕਰੀਏ, ਇੱਕ ਬੰਦਾ ਉਹ ਹੈ ਜਿਹੜਾ ਆਪਣੇ ਦੁੱਖ ਹੀ ਰੋਈ ਜਾਂਦਾ, ਹਾਏ ਹਾਏ ਹਾਏ, ਬਸ ਸਾਰਾ ਜੀਵਨ ਉਹਦਾ ਹਾਏ ਹਾਏ ਕਰਦੇ ਹੀ ਲੰਘ ਗਿਆ। ਉਹਦੇ ਕੋਲੇ ਖੜੋਗੇ ਭਾਵੇਂ ਤੁਸੀਂ ਜਿੰਨੇ ਮਰਜ਼ੀ ਸੁਖੀ ਹੋਵੋ, ਕਿਸੇ ਹਾਏ ਹਾਏ ਵਾਲੇ ਕੋਲੇ ਖੜ ਕੇ ਦੇਖ ਲਿਓ, ਤੁਹਾਨੂੰ ਆਪਣਾ ਜੀਵਨ ਦੁਖੀ ਲੱਗਣ ਲੱਗ ਜਾਏਗਾ। ਕਿਉਂ? ਕਿਉਂ? ਮਹਾਰਾਜ ਕਹਿੰਦੇ ਭਾਈ ਜਿੱਦਾਂ ਦੀ ਸੰਗਤ ਦੇ ਵਿੱਚ ਜੀਵ ਜਾਂਦਾ, ਉਦਾਂ ਦਾ ਹੀ ਉਹਦਾ ਮਨ ਹੋ ਜਾਂਦਾ। ਜਦੋਂ ਜਿਹਨਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ, ਜਿਹੜੇ ਉਹਨਾਂ ਦੀ ਸੰਗਤ ਵਿੱਚ ਜਾਂਦੇ ਨਾ, ਮਨ ਨਿਰਮਲ ਹੋਆ, ਉਹਨਾਂ ਦਾ ਮਨ ਵੀ ਮਹਾਰਾਜ ਕਹਿੰਦੇ ਭਾਈ ਪਵਿੱਤਰ ਹੋ ਜਾਂਦਾ। ਜਪ ਕਰਨ ਵਾਲਿਆਂ ਦੇ ਸੰਗਤ ਵਿੱਚ ਰਹਿਣ ਕਰਕੇ ਮਹਾਰਾਜ ਕਹਿੰਦੇ ਚਿੰਤ ਵਿਸਾਰੀ, ਚਿੰਤਾਵਾਂ ਵਿਸਰ ਜਾਂਦੀਆਂ ਨੇ। ਏਕ ਦ੍ਰਿਸ਼ਟਿਤਾ, ਇੱਕ ਅਦਵੈਤ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹ ਦੇਖਣ ਲੱਗ ਜਾਂਦਾ। ਦ੍ਰਿਸ਼ਟਿਤਾ, ਜੀਵ ਨੂੰ ਜਿਹੜਾ ਦ੍ਰਿਸ਼ਟਮਾਨ ਹੋ ਜਾਂਦਾ ਕਿ ਪਰਮੇਸ਼ਰ ਵਾਹਿਗੁਰੂ ਮੇਰੇ ਨਾਲ ਹੈ, ਔਰ ਸਾਰੇ ਤਰ੍ਹਾਂ ਦੀਆਂ ਮਹਾਰਾਜ ਕਹਿੰਦੇ ਚਿੰਤਾ ਵਿਸਰ ਜਾਂਦੀਆਂ ਨੇ ਜਦੋਂ ਮਨ ਨਿਰਮਲ ਹੋ ਜਾਂਦਾ ਹੈ। ਨਾਨਕ ਗਿਆਨ ਅੰਜਨ ਜਿਹੇ ਨੇਤਰਾ। ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਬੁੱਧੀ ਰੂਪੀ ਨੇਤਰਾਂ ਦੇ ਵਿੱਚ ਗਿਆਨ ਰੂਪੀ ਅੰਜਨ ਪਾਇਆ ਨਾ, ਮਹਾਰਾਜ ਕਹਿਣ ਲੱਗੇ ਭਾਈ ਨਾਨਕ ਗਿਆਨ ਅੰਜਨ ਜੇ ਨੇਤਰਾ। ਜਦੋਂ ਮਹਾਰਾਜ ਜੀ ਨੇ ਗਿਆਨ ਰੂਪੀ ਸੁਰਮਾ ਜਿਹੜਾ ਨੇਤਰਾਂ ਦੇ ਵਿੱਚ ਪਾਇਆ, ਉਦੋਂ ਕੀ ਹੋਇਆ? ਏਕ ਦ੍ਰਿਸ਼ਟਤਾ, ਇੱਕ ਅਦਵੈਤ ਪਰਮੇਸ਼ਰ ਵਾਹਿਗੁਰੂ ਨੂੰ ਜੀਵ ਨੇ ਦੇਖ ਲਿਆ, ਤੱਕ ਲਿਆ। ਕਿਉਂ? ਜਦੋਂ ਅੱਖਾਂ ਦੇ ਝੌਲਾ ਝੌਲਾ ਜਾਂ ਦੀਂਦਾ ਹੋਵੇ ਨਾ, ਉਦੋਂ ਸੁਰਮਾ ਪਾਇਆ ਜਾਂਦਾ, ਉਦੋਂ ਇਹ ਕਹਿ ਲਓ ਆਈ ਡਰੋਪਸ ਪਾਈਆਂ ਜਾਂਦੀਆਂ ਨੇ, ਜਾਂ ਅੱਖਾਂ ਦੁਖਣੀਆਂ ਆਈਆਂ ਹੋਣ
ਦਰਦ ਕਰਦੀਆਂ ਹੋਣ, ਨਾ ਕਿਸੇ ਪ੍ਰਕਾਰ ਕਰਕੇ ਅੱਖਾਂ ਖੁੱਲਦੀਆਂ ਹੋਣ, ਉਦੋਂ ਅੱਖਾਂ ਦੇ ਲਈ ਦਵਾਈ ਜ਼ਰੂਰੀ ਹੈ। ਉਸੇ ਪ੍ਰਕਾਰ ਮਹਾਰਾਜ ਕਹਿੰਦੇ ਜਦੋਂ ਜੀਵ ਦੀਆਂ ਅੱਖਾਂ ਦੇ ਵਿੱਚ ਭਰਮ ਹੈ, ਜਦੋਂ ਇਹਦੀਆਂ ਅੱਖਾਂ ਦੀ ਚਿੰਤਾ ਹੈ, ਜਦੋਂ ਇਹ ਕਹਿ ਲਓ ਇਹ ਸਾਰੇ ਪਾਸੇ ਜਿਹੜਾ ਭਟਕ ਰਿਹਾ ਹੈ, ਮਹਾਰਾਜ ਕਹਿੰਦੇ ਇਹਦਾ ਇਹ ਜੇ ਆਪਾਂ ਕਹੀਏ ਭਰਮ ਲਾਉਣ ਦੀ ਖਾਤਰ, ਇਹਦਾ ਇਹ ਰੋਗ ਕੱਟਣ ਦੀ ਖਾਤਰ, ਤਾਂ ਗੁਰੂ ਦਾ ਗਿਆਨ ਰੂਪੀ ਜਿਹੜਾ ਅੰਜਨ ਹੈ ਉਹ ਅੱਖਾਂ ਦੇ ਵਿੱਚ ਪਾਉਣਾ ਜ਼ਰੂਰੀ ਹੈ। ਮਹਾਰਾਜ ਕਹਿੰਦੇ ਜਦੋਂ ਗਿਆਨ ਰੂਪੀ ਅੰਜਨ ਅੱਖਾਂ ਨੇਤਰਾਂ ਦੇ ਵਿੱਚ ਪਏਗਾ ਨਾ, ਉਦੋਂ ਹੀ ਪਰਮੇਸ਼ਰ ਵਾਹਿਗੁਰੂ ਜੀ ਦਾ ਦਰਸ਼ਨ ਪ੍ਰਾਪਤ ਹੋ ਜਾਂਦਾ ਔਰ ਸਾਰੇ ਤਰ੍ਹਾਂ ਦੀਆਂ ਚਿੰਤਾਵਾਂ ਮੁੱਕ ਜਾਂਦੀਆਂ ਹਨ। ਛਾਤੀ ਸੀਤ ਮਨ ਸੁਖੀ ਛੰਤ ਗੋਬਿੰਦ ਗੁਣ ਗਾਏ। ਮਹਾਰਾਜ ਕਹਿਣ ਲੱਗੇ ਛੰਤ ਗੋਬਿੰਦ ਗੁਣ ਗਾਏ। ਛੰਤ ਨਾਮ ਜਿਹੜਾ ਜਸ ਦਾ ਹੈ, ਛੰਤ ਨਾਮ ਰਾਗ ਦਾ ਵੀ ਹੈ। ਮਹਾਰਾਜ ਨੇ ਬਾਣੀ ਦੇ ਵਿੱਚ ਬਹੁਤ ਥਾਵੇਂ ਛੰਤ ਵਰਤਿਆ, ਛੰਤ ਸ਼ਬਦ, ਜਿੱਥੇ ਛੰਤ ਦਾ ਭਾਵ ਰਾਗ ਹੈ, ਭਾਵ ਕੇ ਰਾਗ, ਜਿਵੇਂ ਹੁਣ ਛੰਤ ਪੰਜਵਾਂ ਭਾਵ ਕੇ ਜਿਹੜਾ ਰਾਗ ਦਾ ਪੰਜਵਾਂ ਕਾਰ, ਠੀਕ ਹੈ। ਤੇ ਇਸੇ ਪ੍ਰਕਾਰ ਕਿਤੇ ਕੱਲਾ ਛੰਤਵਾਦ ਵੀ ਵਰਤਿਆ ਮਹਾਰਾਜ ਜੀ ਨੇ। ਸੁਰੋ ਵਿਚਾਰ ਮਹਾਰਾਜ ਕਹਿਣ ਲੱਗੇ ਛੰਤ ਗੋਬਿੰਦ ਗੁਣ ਗਾਏ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਜਸਾਂ ਨੂੰ, ਉਹਦੀ ਸੋਭਾ ਨੂੰ, ਉਹਦੇ ਗੁਣਾਂ ਨੂੰ, ਉਸਤਤ ਨੂੰ ਗਾਇਆ ਹੈ ਨਾ, ਸੱਚੇ ਪਾਤਸ਼ਾਹ ਕਹਿਣ ਲੱਗੇ ਛਾਤੀ ਸ਼ੀਤਲ ਮਨ ਸੁਖੀ, ਉਹਨਾਂ ਦਾ ਹਿਰਦਾ ਜਿਹੜਾ ਉਹ ਠੰਡਾ ਹੋ ਗਿਆ। ਸ਼ੀਤਲ ਠੰਡਕ ਦਾ ਨਾਮ ਹੈ। ਮਹਾਰਾਜ ਕਹਿਣ ਲੱਗੇ ਮਨ ਸੁਖੀ, ਮਨ ਦੇ ਵਿੱਚ ਸੁੱਖ ਪੈਦਾ ਹੋ ਗਏ ਜਿਹਨਾਂ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ। ਕਿਉਂ? ਨਾਮ ਦੇ ਤੁੱਲ ਹੋਰ ਕੋਈ ਵਸਤੂ ਜਿਹੜੀ ਠੰਡੀ ਨਹੀਂ ਹੋ ਸਕਦੀ। ਜਿਵੇਂ ਮਹਾਰਾਜ ਨੇ ਬਾਣੀ ਦੇ ਵਿੱਚ ਆਪ ਵਚਨ ਕੀਤੇ ਨੇ, ਨਾ ਸ਼ੀਤਲੰਗ ਚੰਦਰ ਦੇਵ ਹੈ, ਨਾ ਸ਼ੀਤਲੰਗ ਬਾਵਨ ਚੰਦਨ ਹੈ, ਨਾ ਸ਼ੀਤਲੰਗ ਸ਼ੀਤ ਰੁਤੇਣ, ਨਾਨਕ ਸ਼ੀਤਲੰਗ ਸਾਧ ਸੁਜਨ ਹੈ। ਕਹਿੰਦੇ ਜੇ ਕੋਈ ਠੰਡੀ ਚੀਜ਼ ਹੈ ਨਾ, ਉਹ ਜਾਂ ਤਾਂ ਸਾਧੂ ਦੇ ਚਰਨ ਨੇ, ਜਾਂ ਉਹ ਹਿਰਦਾ ਜਿਹਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਵਸ ਰਹੇ ਨੇ। ਉਹਦੇ ਤੋਂ ਬਿਨਾਂ ਸੰਸਾਰ ਦੇ ਦੁਨੀਆਂ ਦੇ ਵਿੱਚ ਕੋਈ ਵੀ ਚੀਜ਼ ਠੰਡੀ ਨਹੀਂ ਹੈ। ਇਸੇ ਪ੍ਰਕਾਰ ਮਹਾਰਾਜ ਜੀ ਨੇ ਹੋਰ ਵੀ ਜਿਹੜੇ ਬਚਨ ਕੀਤੇ ਨੇ, ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾਮ। ਕਹਿੰਦੇ ਚੰਦਰਮਾ ਵੀ ਇੰਨਾ ਠੰਡਾ ਨਹੀਂ, ਕਿਉਂ? ਕੁਝ ਕੁ ਦਾ ਮੰਨਣਾ ਵੀ ਚੰਦਰਮਾ ਬਹੁਤ ਠੰਡਾ ਹੈ, ਪਰ ਮਹਾਰਾਜ ਕਹਿੰਦੇ ਨਹੀਂ, ਚੰਦਨ ਚੰਦ ਨਾ ਸਰਦ ਰੁੱਤ। ਮਹਾਰਾਜ ਕਹਿੰਦੇ ਨਾ ਤਾਂ ਚੰਦਰਮਾ ਠੰਡਾ ਹੈ, ਨਾ ਚੰਦਨ ਠੰਡਾ ਹੈ, ਨਾ ਸਰਦੀ ਦੀ ਰੁੱਤ ਠੰਡੀ ਹੈ। ਪਾਤਸ਼ਾਹ ਕਹਿੰਦੇ ਜੇ ਕੋਈ ਠੰਡਾ ਹੈ ਤਾਂ ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰਨਾਮ। ਸ਼ੀਤਲ ਤਾਂ ਕਿੱਥੇ ਆ? ਜਿਹੜਾ ਜਪ ਕਰ ਰਿਹਾ ਉਹਦੇ ਹਿਰਦੇ ਦੇ ਵਿੱਚ, ਜਿੰਨਾ ਹਿਰਦਾ ਉਹਦਾ ਠੰਡਾ ਹੈ, ਉਹਨਾਂ ਦੁਨੀਆਂ ਦੇ ਵਿੱਚ ਕੋਈ ਵੀ ਪਦਾਰਥ ਠੰਡਾ ਨਹੀਂ। ਇਸ ਕਰਕੇ ਮਹਾਰਾਜ ਕਹਿਣ ਲੱਗੇ ਛਾਤੀ ਸ਼ੀਤਲ ਮਨ ਸੁਖੀ। ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਉਹਨਾਂ ਦਾ ਹਿਰਦਾ ਅੰਦਰੋਂ ਠਰ ਜਾਂਦਾ, ਠੰਡਾ ਹੋ ਜਾਂਦਾ ਹੈ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ। ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ। ਮਹਾਰਾਜ ਏਦਾਂ ਦੀ ਕਿਰਪਾ ਕਰ ਦਿਓ, ਅਸੀਂ ਤੁਹਾਡੇ ਦਾਸਾਂ ਦੇ ਦਾਸ ਬਣ ਜਾਈਏ ਸੱਚੇ ਪਾਤਸ਼ਾਹ ਜੀ।
ਛੱਛਾ ਚੋਹਰੇ ਦਾਸ ਤੁਮਾਰੇ। ਹੇ ਗਰੀਬ ਨਿਵਾਸ ਜੇ ਪਾਤਸ਼ਾਹ ਮਹਾਰਾਜ, ਅਸੀਂ ਤਾਂ ਤੁਹਾਡੇ ਛੋਹਰੇ ਦਾਸ ਤੁਮਾਰੇ, ਤੁਹਾਡੇ ਦਾਸਾਂ ਦੇ ਵੀ ਛੋਟੇ ਦਾਸ ਹਾਂ। ਦਾਸ ਦਾਸਣ ਕੇ ਪਾਨੀ ਹਾਰੇ। ਮਹਾਰਾਜ ਅਸੀਂ ਤਾਂ ਤੁਹਾਡੇ ਦਾਸਾਂ ਦੇ ਦਾਸ ਹਾਂ, ਪਾਣੀ ਭਰਨ ਵਾਲੇ ਉਹਨਾਂ ਦੇ। ਚਾਰ ਹੋਤ ਤੇਰੇ ਸੰਤਾ। ਗਰੀਬ ਨਿਵਾਸ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰ ਰਹੇ ਨੇ, ਛੱਛਾ ਛਾਰ ਹੋਤ ਤੇਰੇ ਸੰਤਾ। ਹੇ ਗਰੀਬ ਨਿਵਾਸ ਪਾਤਸ਼ਾਹ, ਤੁਸੀਂ ਤਾਂ ਜਿਹੜੀ ਕਿਰਪਾ ਆਪਣੇ ਸੰਤਾਂ ਤੇ ਕਰਦੇ ਹੋ, ਛੱਛਾ ਛਾਰ ਹੋ ਤੇਰੇ ਸੰਤਾ, ਮੇਰੇ ਤੇ ਕਿਰਪਾ ਕਰੋ, ਮੈਨੂੰ ਤੇਰੇ ਸੰਤ ਜਨ ਨੇ ਜਿਹੜਾ ਉਹਨਾਂ ਦਾ ਸੰਗ ਪ੍ਰਾਪਤ ਹੋਵੇ। ਆਪਣੀ ਕਿਰਪਾ ਕਰੋ ਭਗਵੰਤਾ। ਹੇ ਕਿਰਪਾ ਕਰਕੇ ਆਪ ਜੀ ਮੇਰੇ ਤੇ ਰਹਿਮਤ ਕਰੋ ਭਗਵੰਤਾ। ਹੇ ਪਰਮੇਸ਼ਰ ਵਾਹਿਗੁਰੂ ਜੀ, ਆਪ ਜੀ ਮੇਰੇ ਤੇ ਕਿਰਪਾ ਕਰੋ। ਛਾੜ ਸਿਆਣਪ ਬਹੁ ਚਤੁਰਾਈ। ਪਰ ਮਹਾਰਾਜ ਕਹਿੰਦੇ ਹਾਂ, ਜੇ ਪਰਮੇਸ਼ਰ ਦੀ ਕਿਰਪਾ ਪ੍ਰਾਪਤ ਕਰਨੀ ਹੈ ਨਾ, ਤੇ ਫਿਰ ਇਹ ਧਿਆਨ ਰੱਖਣਾ ਪਊਗਾ, ਛਾੜ ਸਿਆਣਪ ਬਹੁ ਚਤੁਰਾਈ। ਬਹੁਤ ਸਾਰੀਆਂ ਜਿਹੜੀਆਂ ਸਿਆਣਪਾਂ ਚੱਕੀ ਫਿਰਦਾ ਹੈ, ਤੇ ਬਹੁਤ ਸਾਰੀਆਂ ਚਤੁਰਾਈਆਂ ਚਲਾਕੀਆਂ ਜਿਹੜੀਆਂ ਤੂੰ ਆਪਣੇ ਆਪ ਨੂੰ ਕਹਿੰਦਾ, ਮੈਂ ਐਂ ਤੇ ਓ ਆ, ਮੇਰੇ ਵਰਗਾ ਸਿਆਣਾ ਕੋਈ ਨਹੀਂ, ਮੇਰੇ ਵਰਗਾ ਚਲਾਕ ਕੋਈ ਨਹੀਂ। ਮਹਾਰਾਜ ਕਹਿੰਦੇ ਇਸ ਘਰ ਦੇ ਵਿੱਚ ਚਲਾਕੀ ਦੇ ਲਈ ਤਾਂ ਥਾਂ ਹੀ ਨਹੀਂ। ਸੰਸਾਰ ਦੇ ਵਿੱਚ ਜੇ ਤੂੰ ਲੋਕਾਂ ਨਾਲ ਠੱਗੀਆਂ ਮਾਰ ਕੇ ਕਵੇਂ ਕਿ ਮੈਂ ਬੜਾ ਚਲਾਕ ਹਾਂ ਜੀ, ਤੇ ਮੈਂ ਬਹੁਤ ਸਿਆਣਾ, ਮਹਾਰਾਜ ਕਹਿੰਦੇ ਇਹ ਤੇਰੀ ਸਿਆਣਪ ਨਹੀਂ, ਇਹ ਤੇਰੀ ਚਲਾਕੀ ਵੀ ਨਹੀਂ ਹੈ। ਕਿਉਂ? ਚਲਾਕੀ ਤਾਂ ਉੱਥੇ ਪਤਾ ਚੱਲਦੀ ਹੈ ਵੀ ਜਿੱਥੇ ਆਪਣੇ ਨਾਲੋਂ ਤਕੜਾ ਕੋਈ ਬੁੱਧੀ ਵਾਲਾ ਹੋਵੇ, ਉੱਥੇ ਜਿਹੜੀ ਸਿਆਣਪ ਵਰਤੀ ਜਾਵੇ ਉਹਨੂੰ ਕਹਿੰਦੇ ਵੀ ਹਾਂ ਇਹ ਬੰਦਾ ਬਹੁਤ ਤੇਜ਼ ਦਿਮਾਗ। ਆਪਣੇ ਤੋਂ ਨੀਵਾਂ ਜਿਹੜਾ ਵਿਚਾਰਾ ਸਿੱਧਾ ਸਾਧਾ ਬੰਦਾ ਹੈ, ਜਿਹਦੇ ਕਦੇ ਚਿੱਤ ਚੇਤੇ ਵੀ ਨਹੀਂ, ਤੂੰ ਉਹਦੇ ਨਾਲ ਠੱਗੀ ਮਾਰੇਗਾ, ਉਹਦੇ ਨਾਲ ਠੱਗੀ ਮਾਰ ਕੇ ਉਹਨੂੰ ਬੁੱਧੂ ਬਣਾ ਕੇ, ਤੇ ਮਨ ਦੇ ਵਿੱਚ ਏਡਾ ਭਰਮ ਪਾਲਣਾ ਵੀ ਬੜਾ ਚਲਾਕ, ਇਹਨੂੰ ਚਲਾਕੀ ਨਹੀਂ ਕਿਹਾ ਜਾਂਦਾ। ਮਹਾਰਾਜ ਕਹਿਣ ਲੱਗੇ ਚਲਾਕੀਆਂ ਦੇ ਨਾਲ ਪਰਮੇਸ਼ਰ ਨਹੀਂ ਪ੍ਰਾਪਤ ਹੁੰਦਾ। ਇਸ ਕਰਕੇ ਜਿਹੜੀ ਆਪਣੀ ਸਿਆਣਪ ਦਾ ਗੁਮਾਨ ਚੱਕੀ ਫਿਰਦਾ ਨਾ, ਮਹਾਰਾਜ ਕਹਿੰਦੇ ਉਹ ਵੀ ਛੱਡ ਦੇ। ਛਾੜ ਸਿਆਣਪ ਬਹੁ ਚਤੁਰਾਈ, ਬਹੁਤ ਤਰ੍ਹਾਂ ਦੀਆਂ ਜਿਹੜੀਆਂ ਚਲਾਕੀਆਂ ਤੇਰੇ ਅੰਦਰ ਨੇ, ਉਹਨਾਂ ਸਾਰਿਆਂ ਨੂੰ ਮਹਾਰਾਜ ਕਹਿੰਦੇ ਤਿਆਗ ਦੇ। ਸੰਤਨ ਕੀ ਮਨ ਟੇਕ ਟਿਕਾਈ। ਮਹਾਰਾਜ ਕਹਿੰਦੇ ਸੰਤ ਜਨਾਂ ਦੀ ਜਿਹੜੀ ਟੇਕ ਹੈ ਨਾ, ਉਹੀ ਮਹਾਰਾਜ ਕਹਿੰਦੇ ਮਨ ਦੇ ਵਿੱਚ ਟਿਕਾਉਣੀ ਕਰ, ਭਾਵ ਕਿ ਸੰਤ ਜਨਾਂ ਦਾ ਆਸਰਾ ਰੱਖ ਜਿਹੜੇ ਜਪ ਕਰਦੇ ਹਨ। ਛਾਰ ਕੀ ਪੁੱਤਰੀ ਪਰਮ ਗਤ ਪਾਈ। ਮਹਾਰਾਜ ਕਹਿੰਦੇ ਛਾਰ ਕੀ ਪੁੱਤਰੀ, ਛਾਰ ਨਾਮ ਜਿਹੜਾ ਮਿੱਟੀ ਦਾ। ਗਰੀਬ ਨਿਵਾਸ ਪਾਤਸ਼ਾਹ ਕਹਿਣ ਲੱਗੇ ਛਾਰ ਕੀ ਪੁੱਤਰੀ ਪਰਮ ਗਤ ਪਾਈ, ਜਿਹੜੀ ਮਿੱਟੀ ਦੀ ਪੁਤਲੀ ਹੈ, ਭਾਵ ਕਿ ਜਿਹੜਾ ਮਿੱਟੀ ਦਾ ਸਰੀਰ ਹੈ ਨਾ, ਮਹਾਰਾਜ ਕਹਿੰਦੇ ਪਰਮ ਗਤ ਪਾਈ, ਇਹਨੂੰ ਜਦੋਂ ਤਿਆਗੇਗਾ ਨਾ, ਉਦੋਂ ਫਿਰ ਜਿਹੜੀ ਹੈ ਤੈਨੂੰ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ 'ਚ ਨਿਵਾਸ ਮਿਲੇਗਾ, ਉਦੋਂ ਸ੍ਰੇਸ਼ਟ ਗਤੀ ਕਲਿਆਣ ਹੋਣੀ। ਛਾਰ ਕੀ ਪੁੱਤਰੀ ਪਰਮ ਗਤ ਪਾਈ, ਪੁੱਤਰੀ ਨਾਮ ਨਰਕ ਦਾ ਵੀ ਹੈ। ਕਹਿੰਦੇ ਜਦੋਂ ਸਰੀਰ ਨੂੰ ਤਿਆਗ ਦੇਗਾ ਨਾ, ਤੇ ਫਿਰ ਪੁੱਤਰੀ ਨਰਕ ਤੋਂ ਵੀ ਬਚ ਜਾਏਗਾ, ਕਲਿਆਣ ਨੂੰ ਮੋਕਸ਼ ਨੂੰ ਪ੍ਰਾਪਤ ਹੋ ਜਾਏਗਾ। ਨਾਨਕ ਜਾ ਕੋ ਸੰਤ ਸਹਾਈ। ਕਹਿੰਦੇ ਕਦੋਂ ਕਲਿਆਣ ਨੂੰ ਪ੍ਰਾਪਤ ਹੋਏਗਾ, ਕਦੋਂ ਮੁਕਤੀ ਹੋਣੀ ਹੈ? ਨਾਨਕ ਜਾ ਕੋ ਸੰਤ ਸਹਾਈ, ਜਿਨ੍ਹਾਂ ਦੀ ਮਦਦ ਜਿਹੜੇ ਸੰਤ ਜਨ ਕਰਦੇ ਨੇ। ਕਿਉਂਕਿ ਇਸ ਕਰਕੇ ਤਾਂ ਮਹਾਰਾਜ ਨੇ ਕਹਿਣਾ, ਛੱਛਾ ਛਾਰ ਹੋਤ ਤੇਰੇ ਸੰਤਾ, ਪਰਮੇਸ਼ਰ ਵਾਹਿਗੁਰੂ ਮੈਂ ਤਾਂ ਤੇਰੇ ਦਾਸਾਂ ਦੀ ਚਰਨ ਧੂੜੀ ਹੋ ਜਾਵਾਂ, ਬਸ ਉਹਨਾਂ ਦੇ ਚਰਨਾਂ ਦੀ ਮਿੱਟੀ ਬਣ ਜਾਵਾਂ। ਦੇਖੋ ਮਹਾਰਾਜ ਕਿੱਡਾ ਵਚਨ ਹੈ।
ਗਰੀਨ ਵਾਹਿ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰਕੇ ਕਹਿਣ ਲੱਗੇ ਨਾਨਕ ਜਾ ਕੋ ਸੰਤ ਸਹਾਈ ਜੀ ਦੇ ਤੇ ਸੰਤ ਜਨ ਕਿਰਪਾ ਕਰ ਦੇਣ ਨਾ ਉਹਦਾ ਭਾਈ ਫਿਰ ਮੋਕਸ਼ ਨੂੰ ਪ੍ਰਾਪਤ ਹੋ ਜਾਂਦਾ। ਕਿਉਂ? ਹਰ ਕਾ ਸੇਵਕ ਹਰ ਜਿਹਾ, ਰੱਬ ਦਾ ਭਗਤ ਜਿਹੜਾ ਉਹ ਰੱਬ ਹੀ ਹੁੰਦਾ, ਬਸ ਜਿਹੜਾ ਜਪ ਕਰਦਾ ਨਾ ਉਹ ਰੱਬ ਹੀ ਹੈ। ਮਹਾਰਾਜ ਨੇ ਕਿਹਾ ਮੈਂ ਜਪ ਕਰਨ ਵਾਲਿਆਂ ਤੋਂ ਓਹਲੇ ਨਹੀਂ ਆ, ਜਿਹੜੇ ਮਹਾਰਾਜ ਦੀ ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਨੇ। ਮਹਾਰਾਜ ਕਹਿੰਦੇ ਮੈਂ ਤਾਂ ਕਦੇ ਉਹਨਾਂ ਤੋਂ ਓਹਲੇ ਹੋਵਾਂਗਾ ਹੀ ਨਹੀਂ, ਉਹ ਤਾਂ ਜਦੋਂ ਮਰਜ਼ੀ ਮੇਰਾ ਦਰਸ਼ਨ ਕਰ ਲੈਣ। ਮਹਾਰਾਜ ਦਾ ਦਰਸ਼ਨ ਪ੍ਰਾਪਤ ਹੁੰਦਾ ਉਹਨਾਂ ਨੂੰ ਜਿਹੜੇ ਮਹਾਰਾਜ ਦੀ ਬੰਦਗੀ ਕਰਦੇ ਆ, ਮਹਾਰਾਜ ਨੂੰ ਚੇਤੇ ਰੱਖਦੇ ਆ, ਸਿਮਰਨ ਕਰਦੇ ਆ, ਸੱਚੇ ਪਾਤਸ਼ਾਹ ਦਾ ਦਰਸ਼ਨ ਪ੍ਰਾਪਤ ਹੋ ਜਾਂਦਾ। ਇਹ ਵੀ ਚੇਤੇ ਰੱਖਣਾ ਪਏਗਾ ਭਾਈ, ਸਿਮਰਨ ਤੇ ਜਾਪ ਇਹ ਦੋਨੇ ਵੱਖਰੇ ਵੱਖਰੇ ਨੇ। ਜਿਹੜਾ ਜਾਪ ਹੈ ਇਹ ਰਸਨਾ ਦਾ ਵਿਸ਼ਾ ਹੈ। ਜਿੰਨਾ ਸਮਾਂ ਅਸੀਂ ਗੁਰਮੰਤਰ ਮੂਲ ਮੰਤਰ ਜੀਭ ਦੇ ਦੁਆਰਾ ਨਹੀਂ ਜਪਦੇ, ਉਹਨਾਂ ਸਮਾਂ ਸਿਮਰਨ ਦੀ ਅਵਸਥਾ ਨਹੀਂ ਚੱਲਦੀ, ਉਹਨਾਂ ਸਮਾਂ ਹਿਰਦੇ ਦੇ ਵਿੱਚ ਸਿਮਰਨ ਚੱਲ ਹੀ ਨਹੀਂ ਸਕਦਾ। ਕਹਿਣ ਨੂੰ ਭਾਵੇਂ ਕੋਈ ਜੋ ਮਰਜ਼ੀ ਕਹੀ ਜਾਵੇ, ਮੇਰੇ ਤਾਂ ਜੀ ਪਹਿਲਾਂ ਤੋਂ ਹੀ ਹਿਰਦੇ 'ਚ ਸਿਮਰਨ ਚੱਲਦਾ। ਕੀ ਕਹਿਣਾ, 100 ਦੇ ਵਿੱਚੋਂ ਕੋਈ ਇੱਕ ਅੰਧਾ ਵਿਰਲਾ ਟਾਵਾਂ ਜਿਹਦੀ ਕੋਈ ਪ੍ਰਾਲਬਧ ਅੱਗੇ ਆ ਜਾਵੇ, ਕੋਈ ਕਮਾਈ ਅੱਗੇ ਆ ਜਾਵੇ, ਉਹਦਾ ਤਾਂ ਕਿਹਾ ਜਾ ਸਕਦਾ ਵੀ ਬਿਨਾਂ ਕਿਤੇ ਉਦਮ ਯਤਨ ਕੀਤੇ ਆ ਉਹਦੀ ਪ੍ਰਾਲਬਧ ਦੇ ਮੁਤਾਬਕ ਉਹਦੇ ਹਿਰਦੇ 'ਚ ਨਾਮ ਚੱਲ ਰਿਹਾ। ਪਰ ਬਹੁਤਾਤ ਜਿਹੜੀ ਹੈ, ਜੇ ਅਸੀਂ ਜਾਪ ਰਸਨਾ ਦੁਆਰਾ ਨਹੀਂ ਕਰਦੇ, ਜਾਪ ਰਸਨਾ ਦਾ ਵਿਸ਼ਾ ਹੈ, ਸਿਮਰਨ ਮਨ ਦਾ ਵਿਸ਼ਾ ਹੈ। ਜਦੋਂ ਅਸੀਂ ਰਸਨਾ ਦੁਆਰਾ ਜਾਪ ਕਰੀ ਜਾਵਾਂਗੇ, ਕਰੀ ਜਾਵਾਂਗੇ, ਕਰੀ ਜਾਵਾਂਗੇ, ਜਦੋਂ ਸਮਾਂ ਹੋ ਜਾਏਗਾ, ਬਹੁਤ ਸਮਾਂ ਲੰਘ ਗਿਆ, ਫਿਰ ਕੀ ਹੈ, ਇਹੀ ਜਾਪ ਜਿਹੜਾ ਕੰਠ ਦੇ ਵਿੱਚ ਉਤਰ ਜਾਂਦਾ, ਜਦੋਂ ਕੰਠ ਦੇ ਵਿੱਚ ਉਤਰ ਜਾਏਗਾ ਫਿਰ ਬੁੱਲ ਹਿੱਲਣੋਂ ਹਟ ਜਾਂਦੇ। ਜਾਏ ਕਹਿ ਲਓ ਵੀ ਜਦੋਂ ਕੰਠ ਦੇ ਵਿੱਚ ਉਤਰਦਾ ਨਾ, ਉਦੋਂ ਫਿਰ ਜੀਭ ਨਹੀਂ ਹਿੱਲਦੀ, ਕੱਲੇ ਬੁੱਲ ਹਿੱਲਦੇ ਆ। ਫਿਰ ਜਦੋਂ ਅੰਦਰ ਹਿਰਦੇ 'ਚ ਚਲਾ ਜਾਵੇ ਉਦੋਂ ਇਹ ਸਿਮਰਨ ਬਣ ਜਾਂਦਾ ਹੈ, ਉਦੋਂ ਫਿਰ ਸਵਾਸ ਸਵਾਸ ਹੀ ਚੱਲੀ ਜਾਂਦਾ, ਫਿਰ ਆਪ ਜਪਣ ਦੀ ਲੋੜ ਨਹੀਂ ਪੈਂਦੀ। ਫਿਰ ਐਡੀ ਉੱਚੀ ਅਵਸਥਾ ਦੇ ਲਈ ਕਿੰਨੀ ਮਿਹਨਤ ਕਰਨੀ ਪਏਗੀ ਵੀ ਅਸੀਂ ਕੋਈ ਯਤਨ ਕਰਨਾ ਹੀ ਨਾ ਪਵੇ, ਆਪਣੇ ਆਪ ਹੀ ਹਿਰਦਾ ਵਾਹਿਗੁਰੂ ਵਾਹਿਗੁਰੂ ਕਹੀ ਜਾਵੇ, ਆਪਣੇ ਆਪ ਦਾ ਇਹ ਕਹਿੰਦਾ ਨਹੀਂ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਇਹਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸੇ ਕਰਕੇ ਤਾਂ ਜਿਹੜੀ ਹੈ ਉਹ ਤਪੱਸਿਆ ਕਹੀ ਗਈ ਆ ਵੀ ਸਾਲਾਂ ਬੱਧੀ ਤਪੱਸਿਆ ਕਰਨੀ ਪੈਂਦੀ ਹੈ, ਕਿਉਂਕਿ ਜਿੰਨਾ ਜਿੰਨਾ ਮਨ ਪਵਿੱਤਰ ਹੋਏਗਾ, ਜਿਵੇਂ ਜਿਵੇਂ ਮਨ ਦੇ ਵਿੱਚੋਂ ਗੰਦਗੀ ਮਲੀਨਤਾ ਨਿਕਲੇਗੀ, ਉਵੇਂ ਉਵੇਂ ਇਹ ਜਾਪ ਦੀ ਜਿਹੜੀ ਹੈ ਪਰਿਭਾਸ਼ਾ ਨੂੰ ਜਾਣੇਗਾ, ਉਵੇਂ ਉਵੇਂ ਇਹ ਜਾਪ ਨੂੰ ਪਕੜੇਗਾ। ਜਦੋਂ ਮਨ ਨੇ ਜਾਪ ਦੀ ਚਾਲ ਨੂੰ ਫੜ ਲਿਆ, ਫਿਰ ਤੁਸੀਂ ਜਾਪ ਨੂੰ ਛੱਡ ਨਹੀਂ ਸਕਦੇ, ਉਹ ਜਾਪ ਨਾਲ ਨਾਲ ਹੀ ਚੱਲਦਾ, ਜਿਹਨੂੰ ਮਹਾਰਾਜ ਨੇ ਕਿਹਾ ਅਜਪਾ ਜਾਪ ਨਹਿ ਵਿਸਰੈ। ਫਿਰ ਉਹ ਜਾਪ ਜਿਹੜਾ ਨਿਰੰਤਰ ਚੱਲਣ ਲੱਗ ਜਾਂਦਾ, ਫਿਰ ਜਦੋਂ ਹਿਰਦੇ 'ਚ ਚੱਲਣ ਲੱਗ ਗਿਆ, ਹਿਰਦੇ 'ਚ ਅਸੀਂ ਸਿਮਰਨ ਲੱਗ ਗਏ, ਉਹਨੂੰ ਕਹਿੰਦੇ ਵੀ ਇਹ ਸਿਮਰਨ ਕਰ ਰਿਹਾ, ਇਹ ਸਿਮਰਨ ਕਰਦਾ। ਜੇ ਰਸਨਾ ਦੇ ਉੱਤੇ ਹੈ ਤੇ ਇਕੱਲਾ ਜਾਪ ਹੈ, ਤੇ ਜਾਪ ਕਰਕੇ ਹੀ ਸਿਮਰਨ ਦੀ ਅਵਸਥਾ ਤੱਕ ਪਹੁੰਚਿਆ ਜਾਂਦਾ, ਇਹ ਵੀ ਚੇਤੇ ਰੱਖਣਾ ਪਏਗਾ। ਮਹਾਰਾਜ ਕਹਿੰਦੇ ਐਸੇ ਜਿਹੜੇ ਸੰਤ ਜਨ ਹਨ ਨਾ, ਉਹ ਤਾਂ ਸਦਾ ਹੀ ਸਹਾਈ ਹੁੰਦੇ ਨੇ, ਮਦਦਗਾਰ ਹੁੰਦੇ ਨੇ। ਕਿਹਦੇ ਵਾਸਤੇ? ਮੁਕਤੀ ਵਾਸਤੇ, ਕਲਿਆਣ ਵਾਸਤੇ। ਲੋਕ ਜੋਰ ਜਲਮ ਫੁੱਲ ਹੈ ਕਣੋ ਕਾਚੀ ਦੇ ਬਿਕਾਰ। ਮਹਾਰਾਜ ਕਹਿੰਦੇ ਜੋਰ ਜ਼ੁਲਮ, ਕਹਿੰਦੇ ਦੇਖੋ ਜਿਹਦੇ ਵਿੱਚ ਜ਼ੋਰ ਹੋਵੇ ਨਾ ਉਹ ਜ਼ੁਲਮ ਕਰਦਾ ਹੀ ਕਰਦਾ ਹੈ,
ਸੁਭਾਵਿਕ ਜੀ ਗੱਲ ਹੈ, ਜੇ ਕੋਈ ਸਰੀਰਕ ਬਲ ਕਰਕੇ ਤਕੜਾ ਹੈ ਉਹ ਮਾੜੇ ਨੂੰ ਦਬ ਕੇ ਮਰੀ ਜਾਏਗਾ, ਜੇ ਕੋਈ ਪੈਸੇ ਕਰਕੇ ਤਕੜਾ ਹੈ ਉਹ ਗਰੀਬ ਨੂੰ ਦਬ ਕੇ ਮਰੀ ਜਾਂਦਾ, ਤੇ ਜੇ ਕੋਈ ਰੁਤਬੇ ਕਰਕੇ ਤਕੜਾ ਹੈ ਉਹ ਤਾਂ ਵੀ ਮਾੜੇ ਨੂੰ ਦੱਬ ਲੈਂਦਾ। ਮਹਾਰਾਜ ਕਹਿੰਦੇ ਜ਼ੋਰ ਜ਼ੁਲਮ, ਜਿਹਦੇ ਕੋਲੇ ਜ਼ੋਰ ਆ ਗਿਆ, ਜਿਹਦੇ ਕੋਲੇ ਬਲ ਆ ਗਿਆ ਉਹਨੇ ਜ਼ੁਲਮ ਕੀਤਾ ਹੀ ਕੀਤਾ ਹੈ। ਇਹ ਕਦੇ ਨਹੀਂ ਹੋਇਆ ਵੀ ਜਿਹਦੇ ਕੋਲੇ ਜ਼ੋਰ ਹੋਵੇ ਉਹਨੇ ਜ਼ੁਲਮ ਨਾ ਕੀਤਾ ਹੋਵੇ। ਇਤਿਹਾਸ 'ਚ ਝਾਤ ਮਾਰ ਲਓ, ਜਿਹਦੇ ਜਿਹਦੇ ਕੋਲੇ ਤਾਕਤ ਆਈ ਉਹਨਾਂ ਨੇ ਜ਼ੁਲਮ ਕੀਤਾ ਹੀ ਕੀਤਾ। ਇੱਕ ਕੇਵਲ ਖਾਲਸਾ ਰਾਜ ਸੀ ਜਿਹਦੇ ਵਿੱਚ ਜ਼ੁਲਮ ਨਹੀਂ ਹੋਇਆ, ਇੱਕ ਖਾਲਸਾ ਰਾਜ ਸੀ ਜਿਹਦੇ ਵਿੱਚ ਜ਼ੁਲਮ ਨਹੀਂ ਹੋਇਆ, ਤੇ ਉਹ ਰਾਜ ਕਿੱਦਾਂ ਦਾ ਹੋਏਗਾ? ਮਹਾਰਾਜ ਕਹਿੰਦੇ ਨਹੀਂ, ਜ਼ੋਰ ਜ਼ੁਲਮ ਫੁੱਲ ਹੈ ਕਾਨੂੰਨ, ਜਿਹਦੇ ਕੋਲੇ ਜ਼ੋਰ ਹੈ ਨਾ ਉਹ ਫੁੱਲ ਹੈ ਕਾਨੂੰਨ, ਕਹਿੰਦੇ ਫੁੱਲਿਆ ਫਿਰਦਾ ਹੈ ਕਾਹਦੇ ਵਾਸਤੇ, ਕੀ ਕਰਕੇ ਫੁੱਲਿਆ ਫਿਰਦਾ? ਜ਼ੁਲਮ, ਜ਼ੁਲਮ। ਮਹਾਰਾਜ ਕਹਿੰਦੇ ਜ਼ੁਲਮ ਕਰਕੇ ਦੇਖੋ ਕਿੱਡਾ ਫੁੱਲਿਆ ਫਿਰਦਾ। ਮਹਾਰਾਜ ਕਹਿੰਦੇ ਜ਼ੁਲਮ ਕਰਕੇ ਇਹ ਭੁੱਲ ਚੁੱਕਿਆ, ਕਾਚੀ ਦੇਹ ਵਿਕਾਰ, ਤੇਰੀ ਜਿਹੜੀ ਦੇਹ ਹੈ ਨਾ ਇਹ ਕੱਚੀ ਹੈ, ਵਿਕਾਰਾਂ ਦੇ ਨਾਲ ਭਰੀ ਹੋਈ ਹੈ, ਇਹ ਨਸ਼ਟ ਹੋਣ ਵਾਲੀ ਹੈ। ਮਹਾਰਾਜ ਕਹਿੰਦੇ ਭੁੱਲ ਗਿਆ ਜ਼ੋਰ ਦੇ ਕਰਕੇ, ਬਲ ਦੇ ਕਰਕੇ। ਮਹਾਰਾਜ ਨੇ ਬਾਣੀ ਦੇ ਜ਼ਿਕਰ ਕੀਤਾ ਹੈ, ਜ਼ੋਰ ਕੀ ਏ ਸੋ ਜ਼ੁਲਮ ਹੈ, ਲੇ ਜਵਾਬ ਖੁਦਾਏ ਦਫ਼ਤਰ ਲਿਖਾ ਨਿਕਸੈ ਮਾਰ ਮੋਹੈ ਮੋਖੈ। ਮਹਾਰਾਜ ਕਹਿੰਦੇ ਜਿਹੜਾ ਜ਼ੁਲਮ ਕਰ ਰਿਹਾ ਨਾ ਇਹਦਾ ਵੀ ਤੈਨੂੰ ਹਿਸਾਬ ਦੇਣਾ ਪੈਣਾ, ਇਹਦਾ ਵੀ ਇੱਥੇ ਹੀ ਸਾਰਾ ਹਿਸਾਬ ਕਿਤਾਬ ਹੋ ਕਰਕੇ ਸੰਸਾਰ ਤੋਂ ਬੰਦਾ ਰੁਖਸਤ ਹੁੰਦਾ ਹੈ। ਮਹਾਰਾਜ ਨੇ ਬਾਣੀ ਜ਼ਿਕਰ ਕੀਤਾ ਹੈ, ਗਰੀ ਨਵਾਜ ਪਾਤਸ਼ਾਹ ਕਹਿੰਦੇ ਜ਼ੋਰੀ ਕੀ ਇਹ ਜ਼ੁਲਮ ਹੈ, ਕਹਿੰਦੇ ਇਹ ਬੜਾ ਵੱਡਾ ਜ਼ੁਲਮ ਹੈ ਭਾਈ। ਇਸ ਕਰਕੇ ਜ਼ੋਰ ਜ਼ੁਲਮ ਫੁੱਲਾ ਕਨੋ, ਜ਼ੋਰ ਦੇ ਹੰਕਾਰ ਦੇ ਜਿਹੜਾ ਤੂੰ ਜ਼ੋਰ ਜ਼ੁਲਮ ਕਰ ਰਿਹਾ ਨਾ, ਫੁੱਲਾ ਕਨੋ ਬੜਾ ਫੁੱਲਿਆ ਫਿਰਦਾ ਹੈ, ਭੁੱਲ ਚੁੱਕਿਆ ਕਾਚੀ ਦੇ ਵਿਕਾਰ, ਤੇਰੀ ਦੇਹ ਜਿਹੜੀ ਹੈ ਇਹ ਨਾਸ਼ ਹੋਣ ਵਾਲੀ ਹੈ। ਅਹੰ ਬੁੱਧ ਬੰਧਨ ਭਰੇ ਨਾਨਕ ਨਾਮ ਛੁਟਾਰ। ਮਹਾਰਾਜ ਕਹਿੰਦੇ ਅਹੰ ਬੁੱਧ ਬੰਧਨ ਭਰੇ, ਅਹੰਕਾਰ ਨੇ ਤੇਰੀ ਬੁੱਧੀ ਨੂੰ ਬੰਨਿਆ ਹੋਇਆ, ਬੰਧਨ ਪਰੇ ਅਹੰਕਾਰ ਦੇ ਬੰਧਨ ਤੇਰੇ ਨੂੰ ਮਨ ਨੂੰ ਪੈ ਚੁੱਕੇ ਨੇ। ਨਾਨਕ ਨਾਮ ਛੁਟਾਰ, ਜਿਹਦੇ ਤੋਂ ਛੁੱਟ ਵਿਚਾਰੇਗਾ ਉਹ ਆਪਣੇ ਆਪ ਹੀ ਵਿਚਾਰਿਆ ਜਾ ਰਿਹਾ ਹੈ। ਗਰੀਬ ਵਾਏ ਪਾਤਸ਼ਾਹ ਕਹਿਣ ਲੱਗੇ ਵਪਾਰੀ ਬਸਦਾ ਜੋ ਫਿਰਤਾ, ਜਿਹੜਾ ਕਹਿੰਦਾ ਮੈਂ ਕਥਾ ਕਰਦਾ, ਮੈਂ ਆ ਕਰਦਾ, ਮੈਂ ਉਹ ਕਰਦਾ। ਮਹਾਰਾਜ ਕਹਿੰਦੇ ਇਹਦੀ ਦੁਰਦਸ਼ਾ ਤਾਂ ਇਹ ਹੈ, ਵਪਾਰੀ ਬਸਦਾ ਜੋ ਫਿਰਤਾ, ਜਿਵੇਂ ਕੋਈ ਵਪਾਰੀ ਸਾਰੇ ਜਿਹੜਾ ਇਲਾਕੇ ਦੇ ਵਿੱਚ ਫਿਰ ਕਰਕੇ ਵਪਾਰ ਕਰਦਾ ਨਾ, ਉਸੇ ਪ੍ਰਕਾਰ ਮਹਾਰਾਜ ਕਹਿੰਦੇ ਇਹ ਭਰਮ ਰੱਖਣ ਵਾਲੇ ਲੋਕ ਨੇ, ਜਿਹੜੇ ਕਹਿੰਦੇ ਅਸੀਂ ਕਥਾ ਕਰਦੇ ਹਾਂ, ਅਸੀਂ ਆਹ ਕਰਦੇ ਹਾਂ, ਅਸੀਂ ਉਹ ਕਰਦੇ ਹਾਂ, ਆਪਣੇ ਕੀਤੇ ਹੋਏ ਜਿਹੜੇ ਕਰਮ ਉਹਨਾਂ ਨੂੰ ਜਣਾਉਂਦੇ ਨੇ, ਗਣਾਉਂਦੇ ਨੇ। ਮਹਾਰਾਜ ਕਹਿੰਦੇ ਇੱਕ ਬਸ ਵਪਾਰ ਦਾ ਢੰਗ ਹੈ, ਕਥਾ ਕੀਤੀ ਮਾਇਆ ਮਿਲ ਗਈ ਤੇ ਰੱਬ ਤਾਂ ਨਹੀਂ ਮਿਲਿਆ, ਪਾਠ ਕੀਤਾ ਮਾਇਆ ਮਿਲ ਗਈ ਰੱਬ ਨਹੀਂ ਮਿਲਿਆ। ਇਸ ਕਰਕੇ ਮੈਨੂੰ ਇਸ ਗੱਲ ਕਹਿਣ ਦੇ ਵਿੱਚ ਰੱਤੀ ਭਰ ਵੀ ਜਿਹੜਾ ਗੁਰੇਜ ਨਹੀਂ ਹੈ ਵੀ ਜਿਵੇਂ ਦੀਵੇ ਥੱਲੇ ਹਨੇਰਾ ਹੀ ਹੁੰਦਾ, ਦੀਵਾ ਸਾਰੇ ਕਮਰੇ ਨੂੰ ਚਾਨਣ ਕਰ ਦਿੰਦਾ ਹੈ, ਪਰ ਜਿੱਥੇ ਦੀਵਾ ਪਿਆ ਹੁੰਦਾ ਨਾ ਉਹਦੇ ਥੱਲੇ ਹਨੇਰਾ ਹੀ ਹੁੰਦਾ।
ਮਹਾਰਾਜ ਕਹਿਣ ਲੱਗੇ ਬਹੁਤਾਤ ਜਿਹੜੇ ਬਖਿਆਨ ਕਰਨ ਵਾਲੇ ਨੇ ਉਹਨਾਂ ਦੇ ਮਨ ਦੀ ਅਵਸਥਾ ਵੀ ਇਹ ਹੈ, ਵਿਆਪਾਰੀ ਬਸ ਦਾ ਜੋ ਫਿਰਤਾ ਬਸ 24 ਘੰਟੇ ਮਾਇਆ ਹੀ ਚਿੱਤ ਵੀ ਜਾਂਦੇ ਨੇ, ਇੱਧਰੋਂ ਵੀ ਮਾਇਆ ਆ ਜੇ, ਇੱਥੋਂ ਤੱਕ ਕਿ ਕਈ ਵਾਰ ਇਹ ਵੀ ਚਿੱਤਕਦੇ ਨੇ ਕਿ ਕੋਈ ਮਰੇ ਖਪੇ ਤੇ ਕੋਈ ਪਾਠ ਪੂਠ ਆਵੇ, ਚਾਰ ਪੈਸੇ ਆਵਣ, ਇਹੀ ਚਿਤਵਦੇ ਨੇ ਮਹਾਰਾਜ ਕਹਿੰਦੇ। ਜਾਂ ਫਿਰ ਇਹ ਚਿਤਵਣਗੇ ਵਿਆਪਾਰੀ ਵਸੂਦਾ ਜੋ ਫਿਰਤਾ, ਜਿਵੇਂ ਇੱਕ ਵਪਾਰੀ ਵਪਾਰ ਦਾ ਢੰਗ ਲੱਭਦਾ ਨਾ ਤੇ ਉਹਨਾਂ ਨੂੰ ਇਹ ਅਵਸਰ ਚਾਹੀਦਾ ਹੁੰਦਾ ਵੀ ਕੋਈ ਖੁਸ਼ੀ ਆਵੇ ਕੋਈ ਗਮੀ ਆਵੇ, ਅਸੀਂ ਉੱਥੇ ਲੋਕਾਂ ਨੂੰ ਵਖਿਆਨ ਕਰਕੇ ਸੁਣਾਵਾਂਗੇ, ਸਾਡੀ ਸੋਭਾ ਉਪਮਾ ਹੋਏਗੀ। ਮਹਾਰਾਜ ਕਹਿੰਦੇ ਵਪਾਰ ਦੀ ਨੀਅਤ ਨਾਲ ਹੀ ਉਹ ਰੱਬ ਦਾ ਨਾਮ ਵੀ ਜਿਹੜਾ ਉਹ ਸੁਣਾਉਂਦੇ ਆ ਵੀ ਵਪਾਰ ਦੀ ਨੀਅਤ ਹੈ। ਕਿਤੇ ਤਾਂ ਇਹ ਨੀਅਤ ਹੋਣੀ ਚਾਹੀਦੀ, ਕੋਈ ਸੁਣੇ ਨਾ ਸੁਣੇ, ਕੋਈ ਕਰੇ ਨਾ ਕਰੇ, ਉਹ ਨਿਰੰਤਰ ਇੱਕ ਰਸ ਲਗਾਤਾਰ ਚੱਲਣਾ ਚਾਹੀਦਾ। ਉਹਨੂੰ ਤਾਂ ਕਹਿੰਦੇ ਆ ਇਹ ਵਿਦਿਆ, ਉਹ ਤਾਂ ਬ੍ਰਹਮ ਦੀ ਵਿਚਾਰ ਹੈ, ਤੇ ਜੇ ਕੇਵਲ ਮਾਇਆ ਦੀ ਭਾਵਨਾ ਫਿਰ ਉਹਨੂੰ ਬ੍ਰਹਮ ਦੀ ਵਿਚਾਰ ਨਹੀਂ ਕਿਹਾ ਜਾਂਦਾ। ਮਹਾਰਾਜ ਕਹਿੰਦੇ ਨੇ ਵਿਆਪਾਰੀ ਵਸੂਦਾ ਜੋ ਫਿਰਤਾ, ਇਹ ਤਾਂ ਬਸ ਜਿਵੇਂ ਵਪਾਰੀ ਵਪਾਰ ਕਰਦਾ ਭਟਕਦਾ ਫਿਰ ਰਿਹਾ ਪਿੰਡ ਪਿੰਡ, ਇਸੇ ਪ੍ਰਕਾਰ ਮਹਾਰਾਜ ਕਹਿੰਦੇ ਭਾਈ ਵਿਦਿਆ ਦਾ ਜਿਹੜਾ ਹੰਕਾਰ ਰੱਖਣ ਵਾਲੇ ਲੋਕ ਹਨ। ਮਹਾਰਾਜ ਕਹਿਣ ਲੱਗੇ ਦੇਖੋ ਘਣਤਾ ਦੇ ਯੋਗ ਨੇ ਉਹ ਲੋਕ ਜਿਨ੍ਹਾਂ ਨੇ ਜਪ ਕਰਨ ਵਾਲਿਆਂ ਦਾ ਸੰਗ ਕੀਤਾ। ਸਾਧ ਸੰਗ ਜੇ ਹਉਮੈ ਮਾਰੀ, ਜਿਨ੍ਹਾਂ ਦੇ ਸੰਗ ਦੇ ਵਿੱਚ ਜਾਇਆ ਹਉਮੈ ਮਰ ਜਾਂਦੀ ਹੈ। ਇਹ ਸਮਝੋ ਇਹ ਮਹਾਰਾਜ ਨੇ ਜਿਹੜਾ ਉਪਦੇਸ਼ ਬਖਸ਼ਿਆ ਨਾ, ਜਿਹੜੇ ਵਿਦਿਆ ਦਾ ਹੰਕਾਰ ਕਰਨ ਵਾਲੇ ਮਾਇਆ ਦੇ ਪ੍ਰੇਮੀ ਨੇ। ਮਹਾਰਾਜ ਕਹਿੰਦੇ ਭਾਈ ਤੁਹਾਨੂੰ ਅਸੀਂ ਇਹਦੇ ਤੋਂ ਆਜ਼ਾਦ ਹੋਣ ਦਾ ਢੰਗ ਦੱਸਦੇ ਹਾਂ। ਸਾਧ ਸੰਗ ਜੇ ਹਉਮੈ ਮਾਰੀ, ਜਪ ਕਰਨ ਵਾਲਿਆਂ ਦੇ ਸੰਗ ਦੇ ਵਿੱਚ ਰਹੋਗੇ ਤੇ ਜਿਹੜੀ ਇਹ ਮੈਂ ਹੈ ਨਾ ਇਹਨੂੰ ਮਾਰਿਆ ਜਾ ਸਕਦਾ ਹੈ। ਜੇ ਮੈਂ ਇਹਨੂੰ ਮਾਰ ਲਈਏ, ਸੱਚੇ ਪਾਤਸ਼ਾਹ ਕਹਿਣ ਲੱਗੇ ਤਾਕੋ ਮਿਲੇ ਮੁਰਾਰੀ, ਮੁਰਨਾਮੇ ਦੈਂਤ ਨੂੰ ਮਾਰਨ ਵਾਲੇ ਪਰਮੇਸ਼ਰ ਵਾਹਿਗੁਰੂ ਜੀ ਦੇ ਸਰੂਪ ਦੀ ਸਾਖਿਆਤ ਤਾਂ ਹੁੰਦੀ ਹੈ, ਉਹਦਾ ਸਰੂਪ ਪ੍ਰਾਪਤ ਹੋ ਜਾਂਦਾ। ਜਿਹੜੇ ਆਪਣੇ ਹਿਰਦੇ ਦੇ ਵਿੱਚੋਂ ਮੈਂ ਦਾ ਤਿਆਗ ਕਰ ਕਰਕੇ ਜਿਹੜਾ ਹੈ ਉਹ ਪਰਮੇਸ਼ਰ ਵਾਹਿਗੁਰੂ ਨੂੰ ਪੁਕਾਰਦੇ ਨੇ, ਜਿਵੇਂ ਮਹਾਰਾਜ ਬਾਣੀ ਜ਼ਿਕਰ ਕੀਤਾ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਿਵੇਂ ਆਪਾ ਪਰਕਾ ਮਿਟ ਗਿਆ ਜਤ ਦੇਖੂੰ ਤਤ ਤੂੰ, ਫਿਰ ਇਹੋ ਜਿਹੀ ਦ੍ਰਿਸ਼ਟੀ ਹੋ ਜਾਂਦੀ ਜਿੱਧਰ ਝਾਕਦੇ ਉੱਧਰ ਪਰਮੇਸ਼ਰ ਪਾਰ ਬ੍ਰਹਮ ਵਾਹਿਗੁਰੂ ਨਜ਼ਰ ਆਉਂਦਾ। ਇੱਥੇ ਭਾਈ ਸ਼ਬਦ ਦੀ ਸਮਾਪਤੀ ਆ ਕੱਲ ਦੇ ਦੀਵਾਨਾਂ 'ਚ, ਅਗਲੇ ਵਾਲਾ ਸ਼ਬਦ ਵਿਚਾਰਾਂਗੇ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਖੀਰਲੀਆਂ ਤੁਕਾਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸਾਧ ਸੰਗ ਜੈ ਹਉਮੈ ਮਾਰੀ, ਨਾਨਕ ਤਾਕ ਮਿਲੇ ਮੁਰਾਰੀ, ਸਲੋਕ ਆਏ ਪ੍ਰਭ ਸਰਣਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰ ਕਲਿਆਣ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰਣ ਹਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰਣ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਦਿਆ